ਰੰਗਾਂ ਦੇ ਨਾਲ ਜੁੜੀ ਹੋਈ ਦੁਨੀਆ ਸੰਸਾਰੀ ਰੰਗ ਤੱਕ ਰਹਿ ਜਾਏਗੀ। ਕੱਲਾ ਆਪਣਾ ਹੀ ਬਚਾ ਨਹੀਂ ਪੁੱਤਰੋ, ਤੁਸੀਂ ਤੇ ਦੁਨੀਆ ਦਾ ਬਚਾ ਕਰ ਸਕਦੇ। ਸ਼ਸਤਰਧਾਰੀ ਐਸਾ ਸਾਜਿਆ, ਸਾਰਾ ਇਤਿਹਾਸ ਅੱਗੇ ਤੋਂ ਅੱਗੇ ਵੇਖੋ, ਅੱਜ ਇਹ ਵੀ ਗੁਰਮੁਖੋ ਪੀੜਾ ਹੈ। ਵੇਖੋ ਗਤਕਾ ਕੋਈ ਖੇਡ ਨਹੀਂ, ਖੇਡ ਦੁਨੀਆ ਦੀ ਕੋਈ ਵੀ ਹੋਵੇ, ਖੇਡ ਹਮੇਸ਼ਾ ਝੂਠੀ ਹੁੰਦੀ ਆ। ਆਪਾਂ ਕਹਿੰਦੇ ਫਲਾਨੇ ਨੇ ਆ ਖੇਡ ਖੇਡੀ, ਗਤਕਾ ਕੋਈ ਖੇਡ ਨਹੀਂ। ਜੋ ਅੱਜ ਦਿਖਾਇਆ ਜਾ ਰਿਹਾ ਨਾ, ਮਾਰਸ਼ਲ ਆਰਟ ਕੀਤਾ ਗਿਆ, ਇਹ ਖੇਡ ਨਹੀਂ, ਇਹ ਗਤਕਾ ਹੀ ਨਾ ਰਹਿ ਗਿਆ, ਇਹ ਇੱਕ ਲੰਬਾ ਇਤਿਹਾਸ, 40 ਤੋਂ ਵੱਧ ਕਿਰਪਾਨਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਕਾਲ ਚ ਵਰਤੀਆਂ। ਅਸਤਰ ਕੀ ਹੁੰਦਾ, ਸ਼ਸਤਰ ਕੀ ਹੁੰਦਾ, ਅਸਤਰ ਔਰ ਸ਼ਸਤਰ ਕੀ ਹੁੰਦਾ, ਹਰ ਇੱਕ ਪੱਖ ਜਿਹੜਾ ਉਹ ਜ਼ਰੂਰੀ ਸੀ ਸਮਝਣ ਵਾਲਾ। ਕਈ ਕਈ ਘੜੀਆਂ ਗੁਰੂ ਕੇ ਲਾਲ ਤੇਗਾ ਚਲਾਉਂਦੇ। ਹੋਲੇ ਮਹੱਲੇ ਦੀ ਆਰੰਭਤਾ ਮਹਾਰਾਜ ਨੇ ਸੰਨ 1701 ਵਿੱਚ ਆਰੰਭ ਕੀਤੀ। ਉਹਦਾ ਮੂਲ ਕੀ ਰੱਖਿਆ, ਦੋ ਟੀਮਾਂ ਬਣਾਉਣੀਆਂ, ਦੋਵਾਂ ਟੀਮਾਂ ਦੇ ਆਪਸ ਵਿੱਚ ਜੰਗੀ ਕਰਤੱਵ ਹੋਣੇ। ਜਿਹੜੀ ਟੀਮ ਨੇ ਜਿੱਤ ਜਾਣਾ, ਪਾਤਸ਼ਾਹ ਨੇ ਉਹਨੂੰ ਇਨਾਮ ਦੇ ਕੇ ਨਿਵਾਜਣਾ। ਆਪਸ ਵਿੱਚ ਜੰਗੀ ਅਭਿਆਸ ਰੱਖੇ, ਪਰ ਨਾਲ ਇਹ ਜ਼ਰੂਰ ਕਿਹਾ, ਪੁੱਤਰੋ ਇਹ ਹੋਲਾ ਮਹੱਲਾ ਇਕੱਲਾ ਬਾਹਰ ਨਾ ਰਹਿ ਜਾਏ, ਪਹਿਲਾ ਪੱਖ ਤੇਰੇ ਜੀਵਨ ਵਿੱਚ ਭਗਤੀ ਜ਼ਰੂਰ ਹੋਵੇ। ਰੱਬੀ ਬਾਣੀ 'ਚ ਸੂਰਮਾ ਉਹਨੂੰ ਵੀ ਆਖਿਆ, ਜਾਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ। ਸੂਰਾ ਆਤਮ ਜਿਣੈ ਸਗਲ ਵਸ ਤਾਤੈ ਜਾਤਾ ਸਤਿਗੁਰ ਪੂਰਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈੜਾ ਕਦੇ ਨਾ ਹੋਵਈ ਨੈ ਲਾਗੈ ਦਾਗਾ। ਮਹਾਰਾਜ ਕਹਿੰਦੇ ਅੰਦਰ ਕਿੰਨਾ ਕੁ ਜਿੱਤਿਆ ਹੋ। ਮੈਂ ਥੋੜ੍ਹੇ ਜਿਹੇ ਅਗਲੇ ਇਤਿਹਾਸ ਦਾ ਪੱਖ ਕਵਾਂ, ਗੁਰਮੁਖੋ ਇਹ ਹੋਲੇ ਮਹੱਲੇ ਦੀ ਹੀ ਦੇਣ ਆ। ਹਿੰਦੁਸਤਾਨ ਦੀ ਧਰਤੀ ਨੂੰ 897 ਈਸਵੀ ਤੋਂ ਹਾਕਮ ਲੋਕਾਂ ਲੁੱਟਣਾ ਸ਼ੁਰੂ ਕੀਤਾ। ਇਸ ਧਰਤੀ ਨੂੰ ਹੈਂਡੀਕੈਪਟ ਲੋਕ ਵੀ ਲੁੱਟ ਗਏ। ਹੁਣ ਤੈਮੂਰ ਲਿੰਗ ਜਿਹੜਾ ਉਹ ਇੱਕ ਲੱਤ ਤੋਂ ਲੰਘਾ ਤੇ ਘੱਟੋ ਘੱਟ 12 ਵਾਰੀ ਹਿੰਦੁਸਤਾਨ ਲੁੱਟ ਗਿਆ। ਕਦੀ ਇੱਥੇ ਦੁਰਾਨੀ ਆਏ, ਕਦੀ ਅਬਦਾਲੀ ਆਏ, ਲੋਕਾਂ ਦਾ ਤੇ ਅਖਾਣ ਹੀ ਬਣ ਗਿਆ, ਖਾਧਾ ਪੀਤਾ ਲਾਹ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਇਹ ਹਥਿਆਰ ਧਾਰੀ ਕੱਲੀ ਭਗਤੀ ਨਹੀਂ, ਮਹਾਰਾਜ ਸ਼ਕਤੀ ਦਿੱਤੀ, ਜੇ ਦਰਾ ਖੈਬਰ ਦਾ ਰਾਹ ਰੋਕਿਆ ਸੱਚ ਜਾਣਿਓ ਸਿਰਫ ਗੁਰੂ ਕੇ ਖਾਲਸੇ ਨੇ, ਕੋਈ ਨਹੀਂ ਰਾਹ ਰੋਕ ਸਕਿਆ। ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਲੂ ਵਾਲੀਆ ਐਸਾ ਸਿੱਖਿਆ, 2200 ਹਿੰਦੁਸਤਾਨ ਦੀਆਂ ਬੱਚੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਕੋਲੋਂ ਛੁਡਾ ਕੇ ਲਿਆਉਂਦਾ ਹੈ। ਮਾਲਾ ਨਾਲ ਨਹੀਂ ਸੀ ਛੁਡਾਈਆਂ ਜਾਣੀਆਂ, ਸੱਚ ਜਾਣੇ ਮਾਲਾ ਫੇਰਨ ਵਾਲੇ ਬਹੁਤ ਸੀ ਪਹਿਲਾਂ। ਸਤਿਗੁਰੂ ਆਖਿਆ ਵੀ ਤੇਗ ਤੋਂ ਬਿਨਾਂ ਖੇਡ ਕੋਈ ਨਹੀਂ ਬਣਦੀ। ਸ਼ਸਤਰਧਾਰੀ ਜ਼ਰੂਰ ਹੋਵੋ, ਹਥਿਆਰ ਕੋਲ ਹੋਏਗਾ। ਔਰ ਬੜਾ ਪਿਆਰਾ ਇਤਿਹਾਸ ਨੇ ਇੱਕ ਹਵਾਲਾ ਲਿਖਿਆ, ਮੈਂ ਉਸ ਬੱਚੇ ਦਾ ਬਾਅਦ ਚ ਨਾਂ ਰੱਖਦਾ। ਇੱਕ ਲੌਤਾ ਪੁੱਤਰ ਰਹਿਣ ਵਾਲਾ ਪਿੰਡ ਕਾਲੇ ਕੇ ਜ਼ਿਲ੍ਹਾ ਸ਼ੇਖੂਪੁਰ, ਰੋਜ਼ ਵੇਖਣਾ ਵੀ ਕਦੀ ਇੱਕ ਦਿਨ ਛੱਡ ਕੇ, ਕਦੀ ਦੋ ਦਿਨ ਛੱਡ ਕੇ ਬਾਪ ਨੇ ਘਰ ਆਉਣਾ ਤੇ 5-6 ਵਰ੍ਹਿਆਂ ਦਾ ਪੁੱਤ ਪੁੱਛਦਾ ਹੈ ਰੋਜ਼, ਮਾਂ ਬਾਪੂ ਕਿੱਥੋਂ ਆਇਆ। ਬਾਪੂ ਦਾ ਤੇ ਸਾਰਾ ਚੋਲਾ ਖੂਨ ਨਾਲ ਲਿਬੜਿਆ ਹੋਇਆ। ਇੱਥੋਂ ਤੱਕ ਬਾਪੂ ਦੀ ਤੇਗ ਦਾ ਮਿਆਨ ਜਿਹੜਾ ਉਹ ਵੀ ਖੂਨ ਨਾਲ ਲਿਬੜਿਆ, ਤੇ ਮਾਂ ਬਾਪੂ ਦੇ ਸਰੀਰ ਤੇ ਕਈ ਵਾਰ ਫੱਟ ਵੀ ਬੜੇ। ਮਾਂ ਗੱਲ ਨਾ ਲੈ ਕੇ ਲਾ ਕੇ ਕਹਿਣਾ, ਪੁੱਤਰ ਤੇਰਾ ਬਾਪੂ ਬੜਾ ਸੂਰਮਾ ਹੈ, ਬੜਾ ਯੋਧਾ ਬਾਪੂ ਹੈ ਤੇਰਾ, ਪੁੱਤ ਇਹ ਕੌਮ ਦੀ ਬੜੀ ਵੱਡੀ ਸੇਵਾ ਕਰਕੇ ਆਇਆ।
मां ऐसी केड़ी सेवा जिदे नाल चोला खून ना लिबड़ जाए, शरीर नूं फट लग जाण, इह कैसा है, इह किदां दी सेवा। ते मां कहिंदी है, पुत जुलम नूं मिटाउणा, जुलम नूं खत्म करना, जालम नूं मिटाउणा, इह भगती दे नाल नाल शक्ति गुरु कलगियां वाले ने दित्ती। 8 साल दा पुत होया, अज सुनेहा मिलिया इस परिवार नूं भी भलियो, इस बच्चे दा बापू मैदाने जंग दे विच जूझदिया शहीद हो गया। बापू दा संस्कार होया, 9 साल दी उम्र होई इस बच्चे दी, ते जेड़ा गुर सिखाउंदा सी शक्ति दे तलवारबाजी नेजेबाजी, 9 वरियां दे पुत नूं लैके मां सरदार माली सिंह जिहड़ा उस वेले गतके दा उस्ताद सी उहदे कोल लैके मां चली गई। आखिया, उस्ताद जी इस बच्चे नूं भी इह गुर सिखाओ जिहड़े इहदे बापू ने सिखे। उस पुत नूं वेख के भाई माली सिंह कहिंदे ने, भैण जी सिर दा सुहाग सिर दा साई, मैदाने जंग विच जूझदिआं कौम दी आग ते शान लई चढ़ाई कर गया, शहीद हो गया, ये ते बच्चा बहुत छोटा है, मैं सिखा दिआंगा, सिखाउण दी कोई गल नहीं, पर जिन्हें ये सीखना है, भगती सीखनी है, शक्ति सीखनी है, हो सकता है कल नूं मैदाने जंग विच ये भी शहीद हो जाए। बड़ी प्यारी गल उस मां आखी, कहन लगी पवित्र हो जाएगा मेरा दुध ते मेरी कुक जे मेरा पुत भगती दे नाल नाल शक्तिवान भी हो जाए। वो 9 साल दे पुत्र दा नां सी सत्कारयोग सरदार कपूर सिंह, जिन्हों बाद विच नवाब कपूर सिंह कहा जाता है। बड़ा वड्डा कौम दा योधा सरदार होया, सरमाया साड़ी कौम दा, जिन्हें उस पक्ष नूं विचारिया नाल मैं दूसरे पक्ष आ। गुरमुखो होले महले दा सिद्धांत साडे कोल हुंदा, ते दिल्ली दी धरती ते जो कुछ 84 च होया भावें सरकार वल्लों कराया गया, पर याद रखियो सिखां दे घरां दे विच किरपान हथियार की निकलना, सिखां दे घर ते सोटे भी नहीं। तुसी अज भी जाओ दिल्ली, अज भी अल्लाह मेरे कहण दी गल नहीं, सीसगंज साहब गुरुद्वारे जाके किसी नूं भी पुछियो भी इत्थे 84 च की होया, तुहाडे चों बजुर्ग विद्वान जन बहुत बैठे संगत विच, उहनां नूं बड़ा चंगी तरह पता है। सारी दिल्ली विच हमला हुंदा है, चेते रखियो सीसगंज साहब दे नेड़े नहीं कोई आ सकदा। जिन्हें सिख परिवार गुरुद्वारा सीसगंज पहुंच गए ना, उते कोई हमला नहीं होया। कारण उते उस वेले एक काफला सुभावस निहंग सिंघां दा आया होया सी, अज वाले भंगी निहंग सिंघ नहीं, जिहड़े सचमुच निहंग सिंघ है। वो एक काफला बैठा है, एकदम उदण ही सवेरे रौला पिया भी इंदरा दा बदला लेना है, उन्हां गुरु के लाला अपने हथियार सांभे, सारे पासियों गुरुद्वारा सीसगंज साहब की घेराबंदी की। याद रखियो एक भी दिल्ली के किसी हाकम की बंदे की पुलिस की किसी की हिम्मत नहीं पई भी सीसगंज साहब से जिन्हें लोग बैठे किसी पर हमला बोलिया जाए, एक नूं इत फट नहीं लगे कि पंजाब की धरती से हिंदू नहीं सी रहिंदे, पंजाब बचिया। सच सी भी उन्हां कोल हथियार सी जरूर, भावें अज इसनूं बदल दिता, अज हथियार ब्याहां शादियां च चलाउण जोगे ते एक दूजे दे अपने सके भरावां दीआं हिक्कां विन्नण जोगे अज हथियार रह गए सिखां कोल। इह कौड़ा सच है, इहनूं समझणा पएगा। मैं 3-4 हवाले फिर इतिहास चों दिआं। इक वक्त आया दिल्ली की धरती ते मुहम्मद शाह रंगीला दिल्ली का बादशाह, दिन रात नशियां च डुबण वाला,
ਵੈਸ਼ਿਆ ਬਿਰਤੀ ਦਾ ਮਾਲਕ ਅਫਗਾਨ ਦੀ ਧਰਤੀ ਤੋਂ ਚੱਲਿਆ ਚੜਿਆ ਜੀ, ਦੋਵੇਂ ਪਿਓ ਪੁੱਤ ਨਾਦਰ ਸ਼ਾਹ ਤੇ ਨਾਸਰ ਸ਼ਾਹ ਅਫਗਾਨ ਤੋਂ ਚੜੇ। ਅੱਜ ਵੀ ਦੁਨੀਆਂ ਚ ਸਭ ਤੋਂ ਵੱਡੀ ਜਿਹੜੀ ਕਤਲੇਆਮ ਆ ਦਿੱਲੀ ਦੀ, ਉਹ ਨਾਦਰ ਸ਼ਾਹੀ ਕਤਲੇਆਮ ਮੰਨੀ ਜਾਂਦੀ। ਨਾਦਰ ਜਦੋਂ ਚੜਿਆ ਤੇ ਮੁਹੰਮਦ ਸ਼ਾਹ ਰੰਗੀਲਾ ਸ਼ਰਾਬ ਪੀ ਕੇ ਸੁੱਤਾ, ਸਾਥੀਆਂ ਠਾਲਿਆ ਵੀ ਨਾਦਰ ਆ ਰਿਹਾ। ਉਹ ਸੁੱਤਾ ਕਵੇ ਜੀ ਦਿੱਲੀ ਬਹੁਤ ਦੂਰ ਆ, ਵੀ ਅਜੇ ਨਹੀਂ ਆਉਣਾ ਉਹਨੇ। ਪਤਾ ਉਦਣ ਲੱਗਾ ਜਿੱਦਣ ਦਿੱਲੀ ਦੀ ਧਰਤੀ ਤੇ ਕਤਲੇਆਮ ਹੋਇਆ। ਉਹਨੇ ਖੂਬ ਲੁੱਟਿਆ ਦਿੱਲੀ ਨੂੰ, ਸਭ ਕੁਝ ਲੁੱਟ ਪੁੱਟ ਕੇ ਜਦੋਂ ਰੰਗੀਲੇ ਉੱਤੇ ਕਬਜ਼ਾ ਕੀਤਾ, ਚੇਤੇ ਰੱਖਿਓ ਰੰਗੀਲੇ ਨੇ ਆਪਣੀ ਬੱਚੀ ਦੇ ਕੇ ਆਪਣੀ ਜਾਨ ਛਡਾਈ। ਕਹਿਣ ਲੱਗਾ ਮੈਂ ਆਪਣੀ ਬੱਚੀ ਦਾ ਡੋਲਾ, ਆਪਣੀ ਪੁੱਤਰੀ ਦੀ ਸ਼ਾਦੀ ਨਿਕਾਹ ਤੇਰੇ ਪੁੱਤ ਨਾ ਕਰਦਾ ਹੈ, ਮੇਰੀ ਜਾਨ ਬਖਸ਼ ਦੇ। ਇੱਥੋਂ ਤੱਕ ਡਿੱਗਿਆ ਮੁਹੰਮਦ ਸ਼ਾਹ ਰੰਗੀਲਾ। ਖੈਰ ਜੀ, ਨਾਦਰ ਨੇ ਨਾਸਰ ਸ਼ਾਹ ਦੇ ਨਾਲ ਉਹਦੀ ਪੁੱਤਰੀ ਦਾ ਆਪਣੇ ਪੁੱਤ ਨਾਲ ਰਿਸ਼ਤਾ ਜੋੜਿਆ, ਨਿਕਾਹ ਹੋ ਗਿਆ। ਜਦੋਂ ਜਾਣ ਲੱਗੇ ਵਾਪਸ ਤੇ ਨਾਸਰ ਦੀਆਂ ਸਾਲੀਆਂ ਨੇ ਰਿਸ਼ਤੇ ਚੋਂ ਲੱਗਦੀਆਂ ਨੇ ਪੁੱਛਿਆ ਵੀ ਨਾਸਰ ਤੇਰਾ ਕੁਰਸੀ ਨਾਮਾ ਕੀ ਹੈ। ਹੁਣ ਨਾਦਰ ਸ਼ਾਹ 18-19 ਸਾਲ ਤੱਕ ਤੇ ਖੁਦ ਭੇਡਾਂ ਚਾਰਦਾ ਰਿਹਾ, ਬਾਅਦ ਵਿੱਚ ਤੇਗ ਚਲਾਉਣੀ ਆਈ, ਵਕਤ ਆਇਆ ਉਹ ਬਾਦਸ਼ਾਹ ਹੋ ਗਿਆ। ਉਹ ਬਾਹਰ ਆ ਗਿਆ ਨਾਸਰ, ਨਾਦਰ ਕਹਿਣ ਲੱਗਾ ਲਿਆਂਦਾ ਨਹੀਂ ਬੇਗਮ ਨੂੰ, ਜਾਣਾ ਨਹੀਂ। ਆਖਿਆ ਉਹਦੇ ਪਰਿਵਾਰ ਦੀਆਂ ਬੱਚੀਆਂ ਮੇਰਾ ਕੁਰਸੀ ਨਾਮਾ ਪੁੱਛਦੀਆਂ, ਮੈਂ ਕੀ ਦੱਸਾਂ। ਕਹਿਣ ਲੱਗਾ ਤੂੰ ਕੀ ਦੱਸਣਾ। ਆਖਿਆ ਮੈਂ ਪਿਤਾ ਜੀ ਕੀ ਦੱਸਾਂ, ਅੱਬਾ ਮੈਂ ਇਹ ਦੱਸਾਂ ਵੀ ਤੂੰ ਭੇਡਾਂ ਚਾਰਦਾ ਰਿਹਾ। ਕਹਿਣ ਲੱਗਾ ਨਹੀਂ, ਯੋਧਿਆਂ ਦਾ ਕੁਰਸੀ ਨਾਮਾ ਇਹ ਨਹੀਂ ਹੁੰਦਾ। ਜਾ ਕੇ ਕਹਿ ਮਨ ਮਨਾਸਰ, ਮੈਂ ਆ ਨਾਸਰ, ਪਿਸਰੇ ਨਾਦਰ ਤੇ ਪੋਤਿਆਂ ਨਾਦਰ ਦਾ, ਨਾਦਰ ਪਿਸਰੇ ਵਾ ਸ਼ਮਸ਼ੀਰ ਤੇ ਨਾਦਰ ਪੁੱਤਰਿਆ ਸ਼ਮਸ਼ੀਰ ਦਾ, ਤੇਗ ਦਾ। ਖੈਰ ਜੀ, ਮੁਹੰਮਦ ਸ਼ਾਹ ਰੰਗੀਲਾ ਮੁੱਕਿਆ, ਵਕਤ ਦੇ ਨਾਲ ਇਸੇ ਧਰਤੀ ਤੇ ਬੈਠਾ ਜੀ ਤੈਮੂਰ ਅਲੀ, ਤੈਮੂਰ ਖਾਂ ਵੀ ਉਹਨੂੰ ਕਹਿੰਦੇ ਸਨ। ਉਹਦੇ ਉੱਤੇ ਫਿਰ ਕਬਜ਼ਾ ਕੀਤਾ ਜੀ ਰੁਹੇਲ ਖਾਂ ਨੇ। ਬੜਾ ਲੋਕਾਂ ਨੇ ਸੁਣਿਆ ਸੀ ਵੀ ਤੈਮੂਰ ਖਾਂ ਜਿਹੜਾ ਉਹ ਬੜਾ ਯੋਧਾ। ਹੁਣ ਜਿੱਦਣ ਕਬਜ਼ਾ ਹੋ ਗਿਆ ਇਹਦੀ ਥਾਂ ਤੇ ਅਲਫ ਖਾਂ ਬੈਠਾ, ਉਹਨੇ ਤੈਮੂਰ ਦੇ ਘਰ ਦੀਆਂ ਕੁਝ ਬੱਚੀਆਂ ਨੂੰ ਕਿਹਾ ਵੀ ਮੇਰੇ ਸਾਹਮਣੇ ਨੱਚੋ। ਉਹ ਨੱਚਣ ਲੱਗੀਆਂ, ਇਹਨੇ ਇੱਕ ਬੋਤਲ ਦੇ ਵਿੱਚ ਪਾਣੀ ਪਾਇਆ, ਉਹਦੇ 'ਚ ਰੰਗ ਪਾ ਕੇ ਨਾ ਪੇਸ਼ ਇਹ ਕੀਤਾ ਵੀ ਮੈਂ ਸ਼ਰਾਬ ਪੀ ਰਿਹਾ। ਸ਼ਰਾਬ ਪੀ ਕੇ ਵੈਸੇ ਹੀ ਇਹ ਨਾਟਕ ਕਰੇ ਵੀ ਮੈਂ ਸ਼ਰਾਬੀ ਹੋ ਗਿਆ। ਆਪਣੀ ਹਿੱਤ ਦੇ ਉੱਤੇ ਖੰਜਰ ਰੱਖ ਕੇ ਤੇ ਇਹ ਜਾਣ ਕੇ ਡਿੱਗ ਪਿਆ। ਉੱਚੀ ਉੱਚੀ ਘਰਾੜੇ ਮਾਰਦਾ ਵੀ ਜਿਵੇਂ ਮੈਂ ਸੌਂ ਗਿਆ, ਪਰ ਤੈਮੂਰ ਦੀਆਂ ਬੱਚੀਆਂ ਨੱਚਦੀਆਂ ਰਹੀਆਂ। ਰੁਹੇਲ ਖਾਂ ਉੱਠ ਕੇ ਹੱਸਿਆ, ਕਹਿਣ ਲੱਗਾ ਵੀ ਤੁਹਾਡੇ ਵਿੱਚੋਂ ਜੁਰਤ ਹੀ ਮੁੱਕ ਗਈ ਤੈਮੂਰ ਵਾਲੀ, ਤੁਸੀਂ ਸਾਹਮਣੇ ਮੇਰੇ ਸੁੱਤਿਆਂ ਵੀ ਨੱਚੀ ਜਾ ਰਹੀਆਂ ਹੋ, ਤੁਹਾਡੇ 'ਚ ਕਿਸੇ 'ਚ ਹਿੰਮਤ ਨਹੀਂ ਪਈ, ਤੈਮੂਰ ਦੀਆਂ ਰਗਾਂ ਦਾ ਖੂਨ ਆ ਤੁਹਾਡੇ 'ਚ, ਕਿਸੇ ਦੀ ਹਿੰਮਤ ਨਹੀਂ ਪਈ ਵੀ ਸੁੱਤਾ ਪਿਆ ਲਾਗੇ ਖੰਜਰ ਪਿਆ, ਕੰਮ ਸੇ ਕੰਮ ਹਮਲਾ ਹੀ ਕਰਦੀਆਂ, ਮਾਰਨਾ ਹੁੰਦਾ ਹਮਲਾ ਤੇ ਕਰਨ ਜੋਗੀਆਂ ਹੁੰਦੀਆਂ। ਕਹਿਣ ਲੱਗਾ ਮੇਰੇ ਰਾਜ ਨੂੰ ਕੋਈ ਨਹੀਂ ਖਤਮ ਕਰ ਸਕਦਾ, ਅੱਜ ਇਹ ਸਾਡੀ ਹਾਲਤ ਨੇ। ਧਿਆਨ ਦੇਣਾ, ਵਕਤ ਐਸਾ ਹੋਵੇ ਦਰਾ ਖੈਬਰ ਦਾ ਰਾਹ ਰੋਕਿਆ ਗੁਰੂ ਕੇ ਖਾਲਸੇ। ਫਿਰ ਇਤਿਹਾਸ ਦਾ ਮੈਨੂੰ ਬੋਲ ਦੋ ਚੇਤੇ ਆਏ, ਕਹਿ ਮੈਂ ਅਖੀਰਲੇ ਬੋਲਾਂ ਤੇ ਆਵਾਂ। ਦਿੱਲੀ ਦੀ ਧਰਤੀ ਕੁਤਬ ਮੀਨਾਰ ਦੇ ਲਾਗੇ ਦਾ ਇਲਾਕਾ ਜੀ ਮਹਿਰੌਲੀ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਇਆ। ਬਾਬਾ ਬੰਦਾ ਸਿੰਘ ਵੇਲੇ ਇੱਕ ਆਵਾਜ਼ ਦਿੱਤੀ ਫਰੁੱਖ ਸ਼ੀਅਰ ਨੇ ਵੀ ਮੈਂ ਸੁਣਿਆ ਤੁਹਾਡੇ ਵਿੱਚ ਕੋਈ ਬਾਜ ਸਿੰਘ ਨਾਂ ਦਾ ਯੋਧਾ ਹੈ। ਕੌਣ ਆ ਬਾਜ ਸਿੰਘ? ਹੁਣ ਤੇ ਚਲੋ
ਇਹ ਵੀ ਨਾਲ ਕਹਿਣਾ ਪਏਗਾ ਵੀ ਹੋਲਾ ਮਹੱਲਾ ਇੱਕੋ ਚੀਜ਼ ਦਾ ਪ੍ਰਤੀਕ ਨਹੀਂ। ਭਗਤੀ ਤੇ ਸ਼ਕਤੀ ਦੇ ਨਾਲ ਨਾਲ ਮਹਾਰਾਜ ਵੇਖੋ ਕੀ ਕੁਝ ਦਿੱਤਾ। ਤੁਸੀਂ ਪੁਰਾਣੇ ਨਾਂ ਪੜ੍ਹੋ ਸਿੱਖ ਕੌਮ ਦੇ, ਭਾਈ ਮੋਹਤਮ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਚੜ੍ਹਦੀ ਕਲਾ ਵਾਲੇ ਨਾਂ। ਤੇ ਜਦੋਂ ਮਹਾਰਾਜ ਨੇ ਬਰਾਬਰਤਾ ਦਿੱਤੀ ਤੇ ਨਾਂ ਦੇ ਨਾਲ ਜੋੜਿਆ ਸਿੰਘ, ਇਹਨਾਂ ਦੇਸ਼ਾਂ ਦੇ ਵਿੱਚ ਕੀ ਹੋਇਆ ਵੀ ਹਰ ਇੱਕ ਦੇ ਨਾਂ ਨਾਲ ਸਿੰਘ ਜੁੜਿਆ। ਉਹ ਕਹਿੰਦੇ ਸਬ ਕਾਸਟ ਲਿਖੋ। ਹੁਣ ਸਬ ਕਾਸਟ ਇੱਕ ਬੰਦੇ ਦੀ ਤਿੱਕ ਨਹੀਂ, ਜੇ ਸੰਧੂ ਆ ਤੇ 100 ਹੀ ਸੰਧੂ ਆ, ਜੇ ਵਿਰਕੇ ਆ ਤੇ 1000 ਹੀ ਵਿਰਕੇ ਆ। ਧਿਆਨ ਦਿਓ, ਇਹ ਬਰਾਬਰਤਾ ਹੈ। ਪਰ ਦੂਜੇ ਪਾਸੇ ਸਾਡੇ ਗੁਆਂਢੀ ਲੋਕਾਂ ਦੇ ਕੀ ਨਾਂ ਸੀ? ਘਸੀਟਾ ਰਾਮ, ਰੁੜਦੂ ਰਾਮ, ਘਾਟੇ ਸ਼ਾਹ। ਬਜ਼ੁਰਗਾਂ ਨੂੰ ਪਤਾ ਵੀ ਇੱਦਾਂ ਦੇ ਨਾਂ ਸੀ ਸਾਡੇ ਜਿਹੜੇ ਦੂਜੇ ਲੋਕ ਸੀ। ਜਿਹਦਾ ਨਾਂ ਹੀ ਗੁਰਮੁਖੋ ਰੂੜੀ ਰਾਮ ਆ, ਉਹਨੇ ਕੀ ਤੇਗ ਫੜ ਕੇ ਲੜਨਾ? ਜਿਹਦਾ ਨਾਂ ਹੀ ਘਾਟੇ ਸ਼ਾਹ, ਉਹ ਕੀ ਵਾਅਦੇ ਦੀ ਗੱਲ ਕਰੇ? ਅੱਜ ਬੇਨਤੀ ਆ ਵੀ ਸਰੀਰ ਇੱਡੇ ਇੱਡੇ ਤੇ ਪੁੱਛਿਆ ਵੀ ਨਾ, ਇਹ ਨਾਂ ਪਿੰਕੀ, ਕਮਾਲ ਹੋ ਗਈ। ਅਸੀਂ ਨਾਂ ਕਿੱਦਾਂ ਦੇ ਰੱਖ ਰਹੇ? ਗੁਰਮੁਖੋ ਨਾਂ ਤੇ ਵਿੱਚ ਬੜੀ ਵੱਡੀ ਗੱਲ ਆ, ਜਿਹੜਾ ਗੁਰੂ ਦਾ ਬਖਸ਼ਿਆ ਨਾਂ ਹੋਵੇ, ਐਡਾ ਕੁ ਨਾਂ ਨਾ ਹੋਵੇ ਸਰੀਰ ਵੇਖ ਕੇ ਆਸਾ ਅਜੇ ਵੀ ਆਹ ਕੀ ਹੈ। ਖੈਰ ਉਹ ਕਹਿਣ ਲੱਗਾ, ਸੁਣਿਆ ਬਾਜ ਸਿੰਘ ਆ ਕੋਈ, ਕੌਣ ਆ? ਉਹਦੇ ਹੱਥ ਪਿਛਾਂ ਕਰਕੇ ਬੰਨੇ, ਪੈਰਾਂ ਨੂੰ ਬੇੜੀਆਂ ਲੋਹੇ ਦੀਆਂ ਲਾਈਆਂ, ਸਰੀਰ ਸੰਗਲਾਂ 'ਚ ਜਕੜਿਆ ਹੋਇਆ। ਬਾਜ ਸਿੰਘ ਆਵਾਜ਼ ਦਿੱਤੀ, ਮੇਰਾ ਨਾਂ ਹੈ ਬਾਜ ਸਿੰਘ। ਆਖਿਆ ਵੀ ਬੜੇ ਕਿੱਸੇ ਸੁਣੇ ਤੇਰੇ, ਕੋਈ ਜੌਹਰ ਵਿਖਾ। ਕਹਿਣ ਲੱਗਾ ਬਾਦਸ਼ਾਹ, ਹੱਥ ਕੋਲ ਤੇ ਜੌਹਰ ਵਿਖਾ ਦਿੰਦੇ, ਕਿਹੜਾ ਭੁੱਲ ਗਿਆ ਹੱਥ ਤਲਵਾਰ ਚਲਾਉਣੀ। ਉਹ ਕਹਿਣ ਲੱਗਾ ਜਾਂ ਇੱਕੋ ਹੀ ਹੱਥ ਖੋਲਿਓ, ਦੋਵੇਂ ਨਾ ਖੋਲਿਓ, ਵੇਖੀ ਇੱਕ ਹੱਥ ਨਾਲ ਕੀ ਕਰਦਾ। ਦੂਜੇ ਨੂੰ ਆਵਾਜ਼ ਦਿੱਤੀ, ਹਥਿਆਰ ਇਹਦੇ ਕੋਲ ਲੈ ਕੇ ਜਾਓ, ਵੇਖੀਏ ਕੀ ਕਰਦਾ। ਹਥਿਆਰਾਂ ਵਾਲਾ ਤਾਂ ਨਹੀਂ ਕੋਲ ਅਜੇ ਆਇਆ। ਇੱਕ ਹੱਥ ਭਾਈ ਬਾਜ ਸਿੰਘ ਦਾ ਖੋਲਿਆ। ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਕਹਾਣੀ ਲਿਖੀ, ਉਹ ਕਹਿੰਦੇ ਇੱਕ ਹੱਥ ਬਾਜ ਸਿੰਘ ਦਾ ਖੋਲਿਆ, ਜਿਹੜਾ ਖੋਲਣ ਆਇਆ ਉਹਨੇ ਉਹਦੀ ਤਲਵਾਰ ਕੱਢ ਲਈ ਇੱਕ ਪਲ 'ਚ। ਛੇ ਜਣੇ ਕੋਲ ਖੜੋਤੇ, ਛੇ ਦੇ ਛੇ ਹੀ ਝਟਕਾ ਦੇ। ਫਰੋਕ ਸ਼ੇਰ ਉੱਠ ਕੇ ਕੁਰਸੀ ਤੋਂ ਭੱਜ ਗਿਆ, ਸਿੰਘਾਸਣ ਤੋਂ ਭੱਜ ਗਿਆ, ਫੜੋ ਇਹਨੂੰ। ਇਹਨਾਂ ਵੱਲ ਵੇਖ ਕੇ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਸੱਚੀ ਨਹੀਂ ਕਿਸੇ ਕੋਲੋਂ ਸੀ ਹਾਰਦਾ, ਜਿਹਦੇ ਕੋਲ ਇੱਦਾਂ ਦੇ ਯੋਧੇ ਹੋ, ਇੱਦਾਂ ਦੇ ਜੌਹਰ ਸੀ ਤੇਜ ਦੇ। ਫਰੋਕ ਸ਼ੇਰ ਦੂਜੀ ਗੱਲ ਕਹੀ, ਗਿਆਨੀ ਗਿਆਨ ਸਿੰਘ ਦੀ ਲਿਖਤ ਪੰਥ ਪ੍ਰਕਾਸ਼ ਦੀ, ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੇ ਸਿੱਖਾਂ ਨੂੰ ਕਦੀ ਆਹਮਣੇ ਸਾਹਮਣੇ ਲੜਦਿਆਂ ਨਹੀਂ ਵੇਖਿਆ, ਭਾਵ ਸਿੱਖਾਂ ਨਾਲ ਮੈਂ ਦੋ ਹੱਥ ਨਹੀਂ ਅੱਜ ਤੱਕ ਕੀਤੇ, ਮੈਦਾਨੇ ਜੰਗ 'ਚ ਕਦੀ ਮੌਕਾ ਨਹੀਂ ਮਿਲਿਆ, ਮੈਨੂੰ ਵਿਖਾਓ ਸਿੱਖ ਕਿੱਦਾਂ ਲੜਦੇ ਆ। ਸਾਥੀਆਂ ਕਿਹਾ ਜੀ ਨਕਲ ਹੋ ਸਕਦੀ ਆ। ਕਹਿਣ ਲੱਗੇ ਨਕਲ 'ਚ ਹੀ ਸੱਦ ਲਓ। ਜਿਹੜੇ ਨਕਲਾਂ ਲਾਉਣ ਵਾਲੇ ਸੀ ਉਸ ਵੇਲੇ ਦੇ ਉਹ ਬੰਦੇ ਸੱਦੇ, ਉਹਨਾਂ ਸਿਰਾਂ ਉੱਤੇ ਦਸਤਾਰਾਂ ਸਜਾਈਆਂ, ਚੋਲੇ ਪਾਏ, ਢਾਲਾਂ ਪਾਈਆਂ, ਲੈ ਕੇ ਤੇਗਾ, ਕੋਈ ਤੀਰ ਕਮਾਨ, ਕੋਈ ਬਰਸ਼ਾ, ਘੋੜਿਆਂ ਤੇ ਸਵਾਰ ਹੋ ਕੇ ਜਦੋਂ ਨਕਲੀ ਜੰਗ ਲੜਨ ਲੱਗੇ ਨਾ, 20-25 ਸੂਰਮੇ ਫਰੁੱਕ ਸ਼ੇਰ ਦੇ ਨਕਲ 'ਚ ਕਰਦਿਆਂ ਮਾਰਦੇ। ਉਹਨੇ ਆਖਿਆ ਰੋਕੋ ਇਹਨਾਂ ਨੂੰ, ਮੈਂ ਤੇ ਸਿਰਫ ਇੰਨਾ ਕਿਹਾ ਸੀ ਵੀ ਦਿਖਾਓ ਕਿੱਦਾਂ ਲੜਦੇ ਆ, ਤੁਸੀਂ ਤਾਂ ਸੱਚੀ ਬੰਦੇ ਮਾਰ ਦਿੱਤੇ। ਫਿਰ ਉਹ ਕਹਿਣ ਲੱਗੇ ਵੀ ਇਹਦੇ 'ਚ ਸਾਡਾ ਦੋਸ਼ ਨਹੀਂ, ਅਸੀਂ ਤਾਂ ਉਹਨਾਂ ਵਰਗੇ ਨਾਂ ਰੱਖ ਕੇ ਆਪਣੇ, ਉਹਨਾਂ ਵਰਗੇ ਕੱਪੜੇ ਪਾ ਕੇ ਲੜੇ ਹਾਂ, ਸਾਨੂੰ ਨਹੀਂ ਪਤਾ ਸਾਡੇ ਵਿੱਚ ਜੁਰਤ ਕਿੱਥੋਂ ਆ ਗਈ, ਜਿਹੜਾ ਸੱਚੀ ਗੁਰੂ ਕਲਗੀਆਂ ਵਾਲੇ ਦਾ ਖਾਲਸਾ ਉਹ ਕਿਉਂ ਨਾ ਲੜ ਸਕਦਾ ਹੋਵੇਗਾ। ਗੁਰਮੁਖੇ ਉਹਨਾਂ ਤੇਗਾਂ ਦੀ ਗੱਲ ਆ, ਉਹਨਾਂ ਤੇਗਾਂ ਦੀ ਛਾਂ ਕਰਕੇ ਹੀ ਆ ਅੱਜ ਆਹ ਜਿਹੜੀਆਂ ਸੂਰਮਤਾਈਆਂ ਤੇ ਆਹ ਜਿਹੜੀਆਂ ਬਖਸ਼ਿਸ਼ਾਂ, ਆਹ ਸਰਦਾਰੀਆਂ ਉਹਨਾਂ ਦੀਆਂ ਦਿੱਤੀਆਂ ਆ। ਇਹ ਤੇਗ ਨਾਲ ਰਾਜ ਮਿਲਿਆ ਗੁਰਮੁਖੋ, ਮਾੜਾ ਨਾਂ ਨਹੀਂ ਮਿਲਿਆ, ਇਕੱਲੀ ਭਗਤੀ ਵੀ ਦਿੱਤੀ, ਸ਼ਕਤੀ ਵੀ ਦਿੱਤੀ ਤੇ ਅੱਜ ਉੱਥੇ ਤੇ ਰੌਲਾ ਹੀ ਇਹ ਪੈ ਰਿਹਾ। ਅਸੀਂ ਇਸ ਚੀਜ਼ ਨੂੰ ਵੱਡਾ ਸਮਝ ਰਹੇ ਹਾਂ ਜੀ ਵੀ ਦਮਾਲਾ ਵੱਡਾ ਕਿਹਨੇ ਸਜਾਇਆ। ਦਮਾਲਾ ਸਜਾਉਣਾ ਕੋਈ ਗਲਤ ਗੱਲ ਨਹੀਂ, ਗੁਰਮੁਖੋ 800 ਮੀਟਰ ਦਾ ਦਮਾਲਾ ਸਜਾ ਲਿਆ, ਕੀ ਬਹਾਦਰੀ ਕਰਦੀ ਇਹਦੇ 'ਚ, ਕੀ ਲੜੇਗਾ ਉਹ ਤਲਵਾਰ ਵੜ ਕੇ ਕਿਸੇ ਨਾਲ।
जी को धौण ही ना सामभी गई। अज एक दूजे उत्ते टच्चे रंग सिट सिट के गुरु कलगिया वाले दे सिधांत नूं फिर रोलिया जा रहा। होला महला प्रतीक दिता सानू भगती ते शक्ति दा। लाहौर दा रहण वाला एक पठान सूरमा इतिहास ने उहदा नां लिखिया बाबा वजीद। उहदियां कवितावां प्लस टू दियां किताबां च अक्सर असीं पढ़दे आए हां। बड़ियां कवितावां उहदियां मशहूर सन। इकना दे कर पुत पुत्तां दे कर पोतरे, इकना दे कर धी धीआं कर दोतरे, इकना दे तारे को भी जाए मर। वजीदा कौण साहिब नूं आखे इंज नहीं इंज कर। उह वजीद बहुत वड्डा पठाणी सूरमा। मन नूं ठोकर लगी। अज उह किसे दे काफले विच इक साधां दे टोले च रल गया। साधुआं दे टोले नूं बदमाशां ने चोरां ने लुट लिया। वक्त दे हाकमां नूं पता लगा। सिपाही आए उहनां तफदीश कीती भी किवें लुटिया गया, कौण कौण सी विच। कल्ले कल्ले दी परख कीती। जदों वजीद नूं वेख्या ना सिपाही बड़े हैरान होए। कहण लगे तूं पठान वजीद खां है। उन्हें आख्या हाँ। आख्या एडा वड्डा सूरमा जिहदे सामने वड्डे वड्डे सूरमियां दे मूंह मुड़ जांदे, उह त्यों टोले च होवे बदमाश लुट के लै जाण। उन्हें गल बड़ी प्यारी आखी। किंदा जब खुते पुत्र पठान के तो देते दस्ते मोड़। अब शरण परो रघुनाथ की सके न तिनका तोड़। कहिंदे उन्ना चिर सी जिद्दां दौड़िया च बल सी ते तेग वाहुंदे सी उदों ही गल बात सी। हुण ते जिंदगी उत्थे आ गई इत्थे तीला नहीं भज के दोहरा। साचिया गुरमुखो बाबे दा सिद्धांत चिट्टी स्योंक ने लुट लिया। इन्हां दिनां च मीडिया च वेख्या होणा तुसां बुलंदपुरी वाला बाबा। मैं बिल्कुल ना लैके कहां उहदी ठाठ नकोदर दे विच मनाया जा रहा होला महला ते पाया जा रहा भंगड़ा। की गुरुद्वारे दा इह सिद्धांत है। गुरमुखो लुटिया जा रहा। इन्हां चीजां तों दूर कर दिता। अज दा साध ते इह संत जरनैल सिंह नूं भी कहिंदा इह लड़ाइयां पाउंदा सी जी। गुरमुखो उसे तेग दा बालिया जिथे अज बैठे आ ना इहदा सारा पिछोकड़ वेखो। ਕੌਮਾਂ ਉਹੀ ਦੁਨੀਆਂ ਤੇ ਜਿਉਂਦੀਆਂ ਜਿਨ੍ਹਾਂ ਕੌਮਾਂ ਕੋਲ ਸ਼ਹੀਦ ਹੁੰਦੇ ਆ। ਇਸ ਲਈ ਇਹ ਪ੍ਰਤੀਕ ਹੋਲਾ ਮਹੱਲਾ ਪਹਿਲਾ ਅੰਦਰ ਦਾ ਰੰਗ ਇੰਨਾ ਕੁ ਹੋਵੇ, ਜੀਵਨ ਇੰਨਾ ਉੱਚਾ ਚੁੱਕਿਆ ਹੋਵੇ, ਉਹ ਕਿਸੇ ਦੇ ਧੀ ਪੁੱਤ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਦਾ, ਉਹਨੂੰ ਬਚਾ ਕੇ ਤੇ ਘਰੇ ਛੱਡ ਕੇ ਆਉਂਦਾ। ਆਹੀ ਹੋਲਾ ਮਹੱਲਾ। ਅੰਦਰ ਦਾ ਰੰਗ ਇੰਨਾ ਉੱਚਾ ਹੋ ਗਿਆ। ਇਹੋ ਜਿਹੀ ਮਾਲਾ ਇਹੋ ਜਿਹੀ ਭਗਤੀ ਮਹਾਰਾਜ ਨੇ ਦਿੱਤੀ और वो जिन्हें पांच विकारां नूं जित लिया। रब दे नां दा रंग चढ़िया और वो सच्चा रंग जिन्हों पातशाह कहिंदे ताया रंगण जे थीए प्यारे पाईए नाउ मजीट। रंगण वाला जे रंगे साहिब ऐसा रंग न डीट। जिनके चोले रतड़े प्यारे तंत तिन्ना कै पास, धूड़ तिन्ना की जे मिले जी। ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ ਨਾਨਕ ਕਾਮਣ ਤੰਤੇ ਭਾਵੇ ਆਪੇ ਹੀ ਰਾਵੇ। ਇਹ ਅੰਦਰ ਦਾ ਰੰਗ ਆ, ਬਾਹਰੀ ਤੇ ਅੰਦਰ ਦੀ ਦੁਨੀਆਂ ਦਾ ਇੱਕ ਸਲੋਕ ਹੈ, ਮੈਂ ਸਮਾਪਤੀ ਕਰਾਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤਿਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾ। ਡਰਾਉਣਾ ਵੀ ਗੁਰੂ ਨੇ ਆਖਿਆ ਪਾਪ ਆ, ਪਰ ਨਾਲੇ ਕਿਹਾ ਡਰਨਾ ਵੀ ਪਾਪ ਆ। ਸਿੱਖ ਨਾ ਡਰਦਾ ਨਾ ਡਰਾਉਂਦਾ ਆ। ਇਸ ਲਈ ਭਗਤੀ ਕਰਕੇ ਗੁਰਮੁਖੋ ਅੰਦਰਲੇ ਜੀਵਨ ਨੂੰ ਉੱਚਾ ਚੱਕੀਏ। ਰੰਗ ਚੜੇ ਪਰਮੇਸ਼ਰ ਦੇ ਨਾਮ ਦਾ ਔਰ ਬਾਹਰੀ ਤੌਰ ਤੇ ਜੀਵਨ ਦੇ ਵਿੱਚ ਸ਼ਸਤਰ ਜ਼ਰੂਰ ਹੋਏ, ਜਿਹਦਾ ਗੁਰੂ ਕਲਗੀਆਂ ਵਾਲੇ ਸਤਿਗੁਰੂ ਨੇ ਸਾਨੂੰ ਧਾਰਨੀ ਬਣਾਇਆ। ਮਾਲਕ ਕਿਰਪਾ ਕਰੇ ਟੱਚਿਆਂ ਰੰਗਾਂ ਤੋਂ ਜ਼ਿੰਦਗੀ ਉੱਠ, ਪ੍ਰਭੂ ਦੇ ਸੱਚੇ ਰੰਗ ਦੇ ਨਾਲ ਜੁੜ ਜਾਏ।
सतगुरु दे धर दा बख्शिया सिद्धांत असी सारे उहदे धारनी हो सकीए। साहिब कृपा करन, विचार करदिआं होइआं बेअंत भुल्लां होइआं ने अणजाण बच्चा समझ खिमा कर देना जी। अंत गुर फतेह दी सांझ, वाहिगुरु जी का खालसा, वाहिगुरु जी की फतेह।